ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਸ ਸੰਬੰਧ ਕੀਤੀ ਗਈ ਹੈ ਜੀ ਸਾਨੂੰ ਡੇਟਡ ਜਿਹੜੀ 29/6/2023 ਨੂੰ ਰਾਤ ਨੂੰ ਤਕਰੀਬਨ 11 ਵਜੇ ਇਤਲਾਹ ਮਿਲੀ ਸੀਗੀ ਕਿ ਚੁਕੀਟੀ ਬਾਈਪਾਸ 'ਤੇ ਬਰਗਰ ਦੀ ਰੇਹੜੀ ਉੱਤੇ ਕੋਈ ਬੱਚਿਆਂ ਦੇ ਉੱਤੇ ਤੇਲ ਸੁੱਟ ਦਿੱਤਾ ਗਿਆ ਜਦੋਂ ਅਸੀਂ ਮੌਕਾ ਵਾਰਦਾਤ 'ਤੇ ਪਹੁੰਚੇ ਜਾ ਕੇ ਅਸੀਂ ਦੇਖਿਆ ਕਿ 2 ਬੱਚਿਆਂ ਦੇ ਉੱਤੇ ਜਿਹੜਾ ਤੇਲ ਗਰਮ ਗਿਰਾਇਆ ਹੋਇਆ ਸੀਗਾ ਜਿਹਨਾਂ ਨੂੰ ਅਸੀਂ ਹੋਸਪਿਟਲਾਈਜ਼ ਕੀਤਾ ਔਰ ਉੱਥੇ ਮੌਕਾ 'ਤੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮੈਨੂੰ ਆਪਸ 'ਚ ਕੋਈ ਬਰਗਰ ਦੇ ਪੈਸੇ ਨੂੰ ਲੈ ਕੇ ਆਪਸ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਬੱਚਿਆਂ ਨੂੰ ਉਸੇ ਸਮੇਂ ਫੌਰੀ ਤੌਰ 'ਤੇ ਹੋਸਪਿਟਲਾਈਜ਼ ਕੀਤਾ ਗਿਆ ਜਿੱਥੇ ਜਾ ਕੇ ਉਹਨਾਂ ਦੀ ਸਟੇਟਮੈਂਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮਾਂ ਬਾਪ ਦੀ ਬਟ ਉਸ ਸਮੇਂ ਉਹ ਸਦਮੇ 'ਚ ਸੀ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਔਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਸਟੇਟਮੈਂਟ ਦੇਣ ਲਈ ਅਨਫਿਟ ਦਿੱਤਾ ਈਵਨ ਡਾਕਟਰ ਸਾਹਿਬ ਨੇ ਉਹਨਾਂ ਦੀ ਉਸ ਸਮੇਂ ਵੀ ਐਮਐਲਆਰ ਦੇਣ ਕੱਟੀ ਵੀ ਨਹੀਂ ਹੈ ਕਿਉਂਕਿ ਉਹਨਾਂ ਨੇ ਐਮਐਲਆਰ ਕਟਾਉਣ ਵੀ ਮਨਾ ਕਰ ਦਿੱਤਾ ਸੀ ਸੋ ਕੱਲ੍ਹ ਮਿਤੀ 30/6/2023 ਨੂੰ ਇਹਨਾਂ ਨੇ ਜਿਹੜਾ ਬੱਚਿਆਂ ਦਾ ਵਾਪਸੀ ਉਹਨਾਂ ਨੇ ਆ ਕੇ ਪੁਲਿਸ ਨੂੰ ਸਟੇਟਮੈਂਟ ਰਿਕਾਰਡ ਕਰਵਾਈ ਰਾਵਾ ਮੰਡੀ ਪੁਲਿਸ ਸਟੇਸ਼ਨ ਦੇ ਅੰਦਰ ਕਿ ਜਿਹੜਾ ਬੱਲੂ ਟੀਟੂ ਇੱਕ ਸਰਜੀਤ ਨਾਮ ਦਾ ਵਿਅਕਤੀ ਹੈਗਾ ਇੱਕ ਹੀਰਾ ਨਾਮ ਦਾ ਵਿਅਕਤੀ ਹੈਗਾ ਇਹ ਤਿੰਨਾਂ ਨੇ ਜਿਹੜਾ ਉੱਥੇ ਉਹਨਾਂ ਦੇ ਬੱਚਿਆਂ ਦੇ ਉੱਤੇ ਜਿਹੜਾ ਜਾ ਕੇ ਜਿਹੜਾ ਤੇਲ ਸਿੱਟ ਦਿੱਤਾ ਸੀਗਾ ਕਿਸੇ ਪੈਸੇ ਦੇ ਟਕਰਾਅ ਨੂੰ ਲੈ ਕੇ ਸੋ ਫੌਰੀ ਤੌਰ 'ਤੇ ਮਾਣਯੋਗ ਜਿਹੜੇ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਸੀਂ ਆਪਣੀਆਂ ਰੇਡਿੰਗ ਪਾਰਟੀ ਬਣਾਈ ਗਈ ਹਾਂ ਔਰ ਤਕਰੀਬਨ 12 ਘੰਟੇ ਦੇ ਅੰਦਰ ਅਸੀਂ ਇਹਨਾਂ ਤਿੰਨ ਦੋਸ਼ੀਆਂ ਵਿੱਚੋਂ 2 ਨੂੰ ਅਰੈਸਟ ਕਰ ਲਿਆ ਸੋ ਤੀਜੇ ਦੋਸ਼ੀ ਦੀ ਜਿਹੜੀ ਭਾਲ ਹੈ ਉਹ ਆਲਰੇਡੀ ਸਾਡੀਆਂ ਜਿਹੜੀਆਂ ਟੀਮਾਂ ਜਿਹੜੀਆਂ ਮਾਣਯੋਗ ਸੀਪੀ ਸਾਹਿਬ ਵੱਲੋਂ ਨਾਮਨੇਟ ਕੀਤੀਆਂ ਗਈਆਂ ਉਹਨਾਂ ਦੀ ਭਾਲ ਕਰ ਰਹੀਆਂ ਨੇ ਔਰ ਬਹੁਤ ਜਲਦੀ ਹੀ ਤੀਜੇ ਜਿਹੜੇ ਇਸ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇੱਥੇ ਇੱਕ ਗੱਲ ਹੋਰ ਦੱਸਣੀ ਯੋਗ ਹੈ ਕਿ ਤਿੰਨੋਂ ਦੋਸ਼ੀਆਂ ਦਾ ਆਲਰੇਡੀ ਕ੍ਰਿਮੀਨਲ ਹਿਸਟਰੀ ਹੈ ਪਹਿਲੇ ਦੋਸ਼ੀ ਜਿਹੜਾ ਹੈਗਾ ਹੀਰਾ ਲਾਲ ਇਹਦੇ ਉੱਤੇ ਤਕਰੀਬਨ 4 ਮੁਕੱਦਮੇ ਦਰਜ ਹਨ ਦੂਜਾ ਦੋਸ਼ੀ ਜਿਹੜਾ ਸਰਜੀਤ ਸਿੰਘ ਬੱਲੂ ਹੈ ਇਸ 'ਤੇ ਵੀ NDPS ਦਾ ਮੁਕੱਦਮਾ ਹੈ ਤੀਜਾ ਦੋਸ਼ੀ ਜਿਹੜਾ ਟੀਟੂ ਹੈ ਉੱਤੇ ਵੀ ਆਲਰੇਡੀ ਮਰਡਰ ਦਾ ਮੁਕੱਦਮਾ ਹੈ ਸੋ ਦੱਸਣਾ ਇਹ ਚਾਹਾਂਗੇ ਕਿ ਕਿਸੇ ਦੋਸ਼ੀ ਨੂੰ ਵੀ ਇਸ ਮੁਕੱਦਮੇ ਵਿੱਚ ਜੋ ਇਹਨਾਂ ਨੇ ਵਰਤਾ ਭਰਿਆ ਵਿਵਹਾਰ ਜਾਂ ਕੀਤਾ ਹੈ ਦੁਸਾਹਸ ਕੀਤਾ ਹੈ ਇਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਏਗਾ ਹਰ ਹਾਲ 'ਚ ਤੀਜੇ ਦੋਸ਼ੀ ਨੂੰ ਅਰੈਸਟ ਕਰਕੇ ਅਸੀਂ ਇਹਦੀ ਬੰਦੀ ਜਗ੍ਹਾ 'ਤੇ ਸਲਾਖਾਂ ਪਿੱਛੇ ਭੇਜਾਂਗੇ ਸਰ ਜਿਹੜੇ ਦੋਸ਼ੀ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਤਿੰਨੋਂ ਦੋਸ਼ੀ ਜਿਹੜੇ ਗੁਰੂ ਨਾਨਕਪੁਰ ਹੈ ਈਸਟ ਔਰ ਵੈਸਟ ਰਹਿਣ ਵਾਲੇ ਨੇ